ਟਾਈਮ ਮੈਗਜ਼ੀਨ ਉਹਨੇ ਫਰੰਟ ਪੇਜ ਤੇ ਇਹਦੀ ਫੋਟੋ ਛਾਪੀ ਹੈ ਉਹਦੇ ਤੇ ਆਰਟੀਕਲ ਲਿਖੇ ਨੇ ਉਹਨੇ ਵੀ ਮੋਦੀ ਸਰਕਾਰ ਨੂੰ ਪੰਡਿਆ ਹੈ ਨਿਊਜ਼ੀਲੈਂਡ 'ਚ ਬਹਿਸ ਹੋ ਚੁੱਕੀ ਇਹ ਕੈਨੇਡਾ 'ਚ ਬਹਿਸ ਹੋ ਚੁੱਕੀ ਸਾਰੀ ਦੁਨੀਆ ਇਸ ਕਾਨੂੰ ਇਹਨਾਂ ਕਾਨੂੰਨਾਂ ਨੂੰ ਰੱਦ ਕਰਨ ਲਈ ਕਹਿ ਰਹੀ ਹੈ ਤੇ ਮੈਨੂੰ ਲੱਗਦਾ ਵੀ ਸਰਕਾਰ ਲੋਕਾਂ ਦੀ ਹੁੰਦੀ ਹੈ ਜੇ ਲੋਕਾਂ ਦੀ ਨਾ ਸੁਣੇ ਉਹ ਸਰਕਾਰ ਨਹੀਂ ਹੁੰਦੀ ਤੁਸੀਂ ਇੱਕ ਗੱਲ ਦੱਸੋ ਵੀ ਮੋਦੀ ਸਾਹਿਬ ਤਾਂ ਕਦੇ ਬਿਆਨ ਹੀ ਨਹੀਂ ਸੀ ਦਿੰਦੇ ਹੁੰਦੇ ਇਹਨਾਂ ਨੇ ਤਾਂ ਕਦੇ ਅੱਜ ਤੱਕ ਇੰਨੇ ਸਾਲਾਂ ਚ ਪ੍ਰੈਸ ਨੂੰ ਫੇਸ ਹੀ ਨਹੀਂ ਕੀਤਾ ਹੁਣ ਰੋਜ਼ ਉਹ ਕੁਛ ਨਾ ਕੁਛ ਬੋਲਦੇ ਨੇ ਇਹ ਉਹਨਾਂ ਦੀ ਘਬਰਾਹਟ ਬੋਲਦੀ ਆ ਅੰਦਰੋਂ ਹਿੱਲੇ ਹੋਏ ਨੇ ਡਰੇ ਹੋਏ ਨੇ ਨੀਂਦ ਉਹਨਾਂ ਨੂੰ ਆਉਂਦੀ ਨਹੀਂ ਤੇ ਅਸੀਂ ਹੋਰ ਨਹੀਂ ਇਹ ਹਰਾਮ ਕਰਾਂਗੇ ਸ੍ਰੀ ਗੁਰੂ ਦੋਸਤੋ ਮੈਂ ਕੁਲਵਿੰਦਰ ਸਿੰਘ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਇਸ ਵੇਲੇ ਦੇ ਕੁਝ ਖਾਸ ਅਪਡੇਟ ਲੈ ਕੇ ਹੁਣ ਦੇ ਅਪਡੇਟਸ ਦੀ ਲੜੀ ਦੇ ਵਿੱਚ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ 6 ਮਾਰਚ ਹੈ ਤੇ ਅੱਜ ਕਿਸਾਨ ਜਥੇਬੰਦੀਆਂ ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਲੀ ਵਿਖੇ ਕੇਪੀਐਮ ਰੋਡ ਨੂੰ ਬੰਦ ਕਰਨ ਦੀ ਕਾਲ ਦਿੱਤੀ ਗਈ ਹੈ ਜੋ ਕਿ ਸਫਲਤਾਪੂਰਵਕ ਚੱਲ ਰਹੀ ਹੈ ਆਓ ਪਹਿਲਾਂ ਤੁਹਾਨੂੰ ਲੈ ਚੱਲਦੇ ਹਾਂ ਉੱਥੋਂ ਦੀ ਇੱਕ ਲਾਈਵ ਵੀਡੀਓ ਵੱਲ ਅਤੇ ਦੇਖਦੇ ਹਾਂ ਕਿ ਕਿਸਾਨ ਆਗੂ ਤੇ ਸੰਯੁਕਤ ਮੋਰਚੇ ਤੋਂ ਰਾਜੇਵਾਲ ਸਾਹਿਬ ਨੇ ਕੀ ਕਿਹਾ ਇਸ ਸਾਰੀ ਕਾਲ ਦੇ ਬਾਰੇ ਕਿ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਹੈ ਤੇ ਅਗਲੀ ਰ ਨੀਤੀ ਬਾਰੇ ਵੀ ਉਹਨਾਂ ਨੇ ਦੱਸਿਆ ਕੀ ਗੱਲਬਾਤ ਕੀਤੀ ਹੈ ਉਹ ਪਹਿਲਾਂ ਤੁਹਾਨੂੰ ਰਾਜੇਵਾਲ ਸਾਹਿਬ ਦੀ ਵੀਡੀਓ ਵੱਲ ਲੈ ਚੱਲਦੇ ਹਾਂ ਤੇ ਦੋਸਤੋ ਉੱਥੇ ਹੀ ਇੱਕ ਵੱਡਾ ਸੁਨੇਹਾ ਆਇਆ ਹੈ ਲੱਖਾ ਸਿਧਾਣਾ ਵੱਲੋਂ ਉਸ ਵੱਲ ਵੀ ਤੁਹਾਨੂੰ ਲੈ ਚੱਲਾਂਗੇ ਕਿਹੜਾ ਸੁਨੇਹਾ ਉਹਨਾਂ ਨੇ ਭੇਜਿਆ ਉਹ ਅਪਡੇਟ ਵੀ ਤੁਹਾਡੇ ਨਾਲ ਸਾਂਝਾ ਕੀਤਾ ਜਾਵੇਗਾ ਪਹਿਲਾਂ ਤੁਸੀਂ ਝਲਕ ਮਾਰੋ ਰਾਜੇਵਾਲ ਸਾਹਿਬ ਦੀ ਇਸ ਵੀਡੀਓ ਕਲਿੱਪ ਤੇ ਇਹ ਸਾਡੇ ਲਈ ਤਾਂ ਰੁਟੀਨ ਹੈ ਇੱਥੇ ਤਾਂ ਕੋਈ ਵੀ ਐਕਸ਼ਨ ਛੋਟਾ ਨਹੀਂ ਹੁੰਦਾ ਏਨੀ ਵੱਡੀ ਗਿਲਤੀ 'ਚ ਲੋਕੀ ਇੱਥੇ ਬੈਠੇ ਨੇ ਕਾਰ-ਬਾਰ ਛੱਡ ਕੇ ਉਹ ਇਹ ਨੂੰ ਤੁਸੀਂ ਛੋਟਾ ਨਹੀਂ ਕਹਿ ਸਕਦੇ ਔਰ ਅੱਜ ਦੁਨੀਆ ਦਾ ਜਿਹੜਾ ਰੀਨਾਉਂਡ ਮੈਗਜ਼ੀਨ ਹੈ ਇੱਕ ਟਾਈਮ ਮੈਗਜ਼ੀਨ ਉਹਨੇ ਫਰੰਟ ਪੇਜ ਤੇ ਇਹਦੀ ਫੋਟੋ ਛਾਪੀ ਹੈ ਤੇ ਤੇ ਆਰਟੀਕਲ ਲਿਖੇ ਨੇ ਉਹਨੇ ਵੀ ਮੋਦੀ ਸਰਕਾਰ ਨੂੰ ਪੰਡਿਆ ਅੱਜ ਇਹ ਵੀ ਤੁਸੀਂ ਬ੍ਰਿਟਿਸ਼ ਹਾਈ ਕਮਿਸ਼ਨਰ ਦਾ ਬਿਆਨ ਪੜ੍ਹਿਆ ਹੋਣਾ ਹੈ 8 ਤਾਰੀਖ ਨੂੰ ਇੰਗਲੈਂਡ ਦੀ ਪਾਰਲੀਮੈਂਟ ਵਿੱਚ ਇਸ ਤੇ ਬਹਿਸ ਹੋ ਰਹੀ ਹੈ ਆਸਟ੍ਰੇਲੀਆ ਚ ਹੋ ਚੁੱਕੀ ਦੁਬਾਰਾ ਹੋ ਰਹੀ ਹੈ ਨਿਊਜ਼ੀਲੈਂਡ ਚ ਬਹਿਸ ਹੋ ਚੁੱਕੀ ਇਹ ਕੈਨੇਡਾ ਚ ਬਹਿਸ ਹੋ ਚੁੱਕੀ ਸਾਰੀ ਦੁਨੀਆ ਇਸ ਕਾਨੂੰ ਇਹਨਾਂ ਕਾਨੂੰਨਾਂ ਨੂੰ ਰੱਦ ਕਰਨ ਲਈ ਕਹਿ ਰਹੀ ਹੈ ਤੇ ਮੈਂ ਲੱਗਦਾ ਵੀ ਸਰਕਾਰ ਲੋਕਾਂ ਦੀ ਹੁੰਦੀ ਹੈ ਜੇ ਲੋਕਾਂ ਦੀ ਨਾ ਸੁਣੇ ਉਹ ਸਰਕਾਰ ਨਹੀਂ ਹੁੰਦੀ ਇਹ ਹੁਣ ਕਬਜ਼ਾ ਹੋ ਗਿਆ ਭਾਜਪਾ ਦਾ ਮੋਦੀ ਦਾ ਮੋਦੀ ਰਾਜ ਹਟ ਚ ਫਸਿਆ ਬੈਠਾ ਹੈ ਹੰਕਾਰ ਚ ਫਸਿਆ ਬੈਠਾ ਹੈ ਉਹਨੂੰ ਲੋਕਾਂ ਦੀ ਪਰਵਾਹ ਨਹੀਂ ਲੋਕਾਂ ਦੇ ਕੋਲ ਜਿਹੜਾ ਡੈਮੋਕਰੈਟਿਕ ਤਰੀਕਾ ਉਹਦੇ ਨਾਲੇ ਵਿਰੋਧ ਕਰਦੇ ਨੇ ਇਹਨੂੰ ਹੋਰ ਸਿੱਖਾ ਕਰਦੇ ਜਾਵਾਂਗੇ ਇਹ ਇਹਨਾਂ ਦੀ ਘਬਰਾਹਟ ਦੀ ਨਿਸ਼ਾਨੀ ਹੈ ਜਦੋਂ ਤੁਸੀਂ ਇੱਕ ਗੱਲ ਦੱਸੋ ਵੀ ਮੋਦੀ ਸਾਹਿਬ ਤਾਂ ਕਦੇ ਬਿਆਨ ਹੀ ਨਹੀਂ ਸੀ ਦਿੰਦੇ ਹੁੰਦੇ ਇਹਨਾਂ ਨੇ ਤਾਂ ਕਦੇ ਅੱਜ ਤੱਕ ਇੰਨੇ ਸਾਲਾਂ ਚ ਪ੍ਰੈਸ ਨੂੰ ਫੇਸ ਹੀ ਨਹੀਂ ਕੀਤਾ ਹੁਣ ਰੋਜ਼ ਉਹ ਕੁਝ ਨਾ ਕੁਝ ਬੋਲਦੇ ਨੇ ਇਹ ਉਹਨਾਂ ਦੀ ਬਰਾਹਟ ਬੋਲਦੀ ਆ ਅੰਦਰੋਂ ਹਿੱਲੇ ਹੋਏ ਨੇ ਡਰੇ ਹੋਏ ਨੇ ਨੀਂਦ ਉਹਨਾਂ ਨੂੰ ਆਉਂਦੀ ਨਹੀਂ ਤੇ ਅਸੀਂ ਹੋਰ ਨੀਂਦ ਹਰਾਮ ਕਰਾਂਗੇ ਸੋ ਹੋਰ ਹਾਲੇ ਨਹੀਂ ਉਹ ਜਦ ਸਮਾਂ ਆਊਗਾ ਉਦੋਂ ਦੱਸਾਂਗੇ ਬਖਤੋਂ ਪਹਿਲਾਂ ਦੱਸਣਾ ਠੀਕ ਨਹੀਂ ਇਹ ਸਾਡੀ ਆਪਣੀ ਸਟ੍ਰੈਟਜੀ ਹੈ ਅੱਜ ਦਾ ਪ੍ਰੋਗਰਾਮ ਤੁਸੀਂ ਦੇਖੋਗੇ ਮੇਰੀ ਲੋਕਾਂ ਨੂੰ ਅਪੀਲ ਹੈ ਸਾਰੇ ਦੇਸ਼ ਵਿੱਚ ਅੱਜ ਹੋ ਰਿਹਾ ਹੈ ਇਸ ਕੇਐਮਪੀ ਅਸੀਂ ਇੱਥੇ ਜਾਮ ਕਰ ਰਹੇ ਹਾਂ ਅਸੀਂ ਬਾਕੀ ਦੇਸ਼ ਦੇ ਲੋਕਾਂ ਨੂੰ ਕਿਹਾ ਕਿਸਾਨਾਂ ਨੂੰ ਵੀ ਹਰ ਜਗ੍ਹਾ ਪ੍ਰੋਟੈਸਟ ਕਰੋ ਕਾਲੀ ਪੱਟੀ ਬੰਨੋ ਕਾਲੇ ਝੰਡੇ ਘਰਾਂ ਤੇ ਲਾਓ ਔਰ ਜਿੱਥੇ ਤੁਸੀਂ ਟ੍ਰੈਫਿਕ ਜਮ ਕਰ ਸਕਦੇ ਹੋ ਟ੍ਰੈਫਿਕ ਜਮ ਕਰੋ ਜਾਂ ਲੋਕਲ ਐਡਮਿਨਿਸਟ੍ਰੇਸ਼ਨ ਨੂੰ ਮੈਮੋਰੰਡਮ ਦਿਓ ਪ੍ਰੋਟੈਸਟ ਤੁਸੀਂ ਇਹ ਜਿਹੜਾ 4 5 ਘੰਟੇ ਦਾ ਇਹ ਜ਼ਰੂਰ ਕਰਨਾ ਪਰ ਇਹਨੂੰ ਪੀਸਫੁੱਲ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਇੱਕੋ ਗੱਲ ਹੈ ਜਿਹਨੇ ਸਾਰੀ ਦੁਨੀਆ ਵਿੱਚ ਇਸ ਅੰਦੋਲਨ ਦੀ ਗੂੰਜ ਪੈਣ ਲਾਈ ਹੈ ਉਹ ਇਹ ਆ ਵੀ ਇਹ ਪੀਸਸਫੁੱਲ ਅੰਦੋਲਨ ਹੈ ਮੈਂ ਉਹਦੇ ਬਾਰੇ ਕੁਝ ਕਹਿਣਾ ਨਹੀਂ ਚਾਹੁੰਦਾ ਮੈਨੂੰ ਲੱਗਦਾ ਉਹ ਬੈਲੈਂਸ ਹੋ ਚੁੱਕਾ ਇੱਕ ਡੈਥ ਹੋ ਗਈ ਉੱਥੇ ਗਏ ਉੱਥੇ ਸਾਰੇ ਪਾਰਟੀਆਂ ਦੇ ਲੀਡਰ ਸੀ ਜੇ ਚਾਹ ਪੀਂਦੇ ਦੇ ਕੋਲ ਸਾਡੇ ਕੋਲ ਕੇਪੀ ਖੜ ਗਿਆ ਮੈਂ ਜ਼ਿੰਦਗੀ ਚ ਪਹਿਲੀ ਵਾਰੀ ਕੇਪੀ ਨੂੰ ਉੱਥੇ ਉਸ ਭੋਗ ਤੇ ਮਿਲਿਆ ਸਾਡਾ ਇੱਕ ਸਾਥੀ ਹੈ ਉਹਦੀ ਮਾਂ ਦਾ ਡੈਥ ਹੋ ਗਈ ਸੀ ਉਹਦੇ ਭੋਗ ਤੇ ਗਏ ਆ ਉੱਥੇ ਲੋਕਾਂ ਨੇ ਬੜਾ ਕੰਡੈਮ ਕੀਤਾ ਮੈਨੂੰ ਨਹੀਂ ਸਮਝ ਆਈ ਵੀ ਇਹਦੇ ਵਿੱਚੋਂ ਕਿਹੜੀ ਰਾਜਨੀਤੀ ਲੱਭਦਾ ਹੋ ਸੋ ਦੋਸਤੋ ਇਹ ਸਨ ਬਲਬੀਰ ਸਿੰਘ ਰਾਜੇਵਾਲ ਜਿਨ੍ਹਾਂ ਨੇ ਦੱਸਿਆ ਕਿ ਕਿਸਾਨ ਜਥੇਬੰਦੀਆਂ ਵੱਲੋਂ ਜੋ ਬੰਦ ਦੀ ਕਾਲ ਦਿੱਤੀ ਗਈ ਹੈ ਉਸ ਦਾ ਕਿੰਨਾ ਅਸਰ ਪਿਆ ਮੋਦੀ ਸਰਕਾਰ ਤੇ ਜਿਸ ਨੇ ਕਿ ਮੋਦੀ ਸਰਕਾਰ ਦੀ ਨੀਂਦ ਉਡਾ ਦਿੱਤੀ ਹੈ ਉੱਥੇ ਦੋਸਤੋ ਹੁਣ ਤੁਹਾਨੂੰ ਲੈ ਚਲਦੇ ਹਾਂ ਲੱਖਸਿਧਾਨਾ ਦੇ ਖਾਸ ਦੋਸਤ ਜਗਦੀਪ ਰੰਧਾਵਾ ਦੀ ਵੀਡੀਓ ਵੱਲ ਅਤੇ ਦੇਖਦੇ ਹਾਂ ਕਿ ਉਹਨਾਂ ਨੇ ਕਿਹੜਾ ਸੁਨੇਹਾ ਦਿੱਤਾ ਹੈ ਬਾਕੀ ਦੋਸਤੋ ਜੇਕਰ ਤੁਸੀਂ ਵੀ ਦੀਪ ਸਿੱਧੂ ਤੇ ਲੱਖਸਿਧਾਨਾ ਦੀ ਸਪੋਰਟ ਦੇ ਵਿੱਚੋਂ ਤਾਂ ਜਿਵੇਂ ਆਪਾਂ ਤੁਹਾਨੂੰ ਹਰ ਰੋਜ਼ ਅਪਡੇਟ ਸਾਂਝਾ ਕਰਦੇ ਹਾਂ ਕਿ ਉਹਨਾਂ ਦੀ ਸਪੋਰਟ ਦੇ ਵਿੱਚ #FreeDeepSidhu ਤੇ #WeSupportLakhsidhana ਜਾਦੇ ਤੋਂ ਜਾਦੇ ਕਰਕੇ ਉਹਨਾਂ ਦੀ ਸਪੋਰਟ ਦੇ ਵਿੱਚ ਆਵਾਜ਼ ਜ਼ਰੂਰ ਬੁਲੰਦ ਕੀਤੀ ਜਾਵੇ ਜੇਕਰ ਤੁਸੀਂ ਉਹਨਾਂ ਦੀ ਸਪੋਰਟ ਕਰਦੇ ਹੋ ਸੋ ਹੁਣ ਤੁਹਾਨੂੰ ਲੈ ਚੱਲਦੇ ਆ ਜਗਦੀਪ ਰੰਧਾਵਾ ਦੀ ਇਸ ਵੀਡੀਓ ਵੱਲ ਹਾਂਜੀ ਦੋਸਤੋ ਰੇਂਜ ਦੀ ਪ੍ਰੋਬਲਮ ਸੀ ਹੁਣ ਸਹੀ ਹੋਈ ਆ ਖਿੱਚ ਕੇ ਸ਼ੇਅਰ ਕਰ ਦਿਓ ਦੁਬਾਰੇ ਫੇਰ ਉਹੀ ਗੱਲਾਂ ਬਾਤਾਂ ਵੀ ਅੱਜ ਕਿਸਾਨ ਆਗੂਆਂ ਨੇ ਕੇਐਮਪੀ ਘੇਰਨੀਆ ਦਿੱਲੀ ਚਾਰੇ ਪਾਸੇ ਘੇਰਨੀਆ ਉਹਦੀ ਸਪੋਰਟ ਕਰੋ ਨੌਜਵਾਨ ਬਜ਼ੁਰਗਾਂ ਦਾ ਸਾਥ ਦਿਓ ਇਹ ਅਦੋਲਣ ਆਪਣੇ ਲਈ ਜਿੰਨਾ ਬਹੁਤ ਜ਼ਰੂਰੀ ਆ ਆਪਣੇ ਕੋਠਿਆਂ ਤੋਂ ਰੰਗ ਲੈ ਜੂ ਜਵਾਕਾਂ ਦੀਆਂ ਫੀਸਾਂ ਨਹੀਂ ਭਰੀਆਂ ਜਾਣੀਆਂ ਬਿਜਲੀ ਦੇ ਬਿੱਲ ਨਹੀਂ ਭਰੇ ਜਾਣੇ ਜ਼ਮੀਨ ਪੱਲੇ ਨਹੀਂ ਰਹਿਣੀਆਂ ਇਕੱਲੇ ਇਕੱਲੇ ਬੰਦੇ ਦੀ ਲੜਾਈ ਆ ਹੁਣ ਤਾਂ ਨਜ਼ਾਰਾ ਆਊ ਯਾਰ ਉਹ ਦੋਨਾਂ ਲੜਨ ਦਾ ਹੁਣ ਨਜ਼ਾਰਾ ਇਹ ਆਊਗਾ ਆਪਾਂ ਨੂੰ ਇਕੱਲੇ ਇਕੱਲੇ ਬੰਦੇ ਦਾ ਪਤਾ ਲੱਗ ਜਾਣਾ ਕੌਣ ਕਿਵੇਂ ਆ ਕੌਣ ਕਿਵੇਂ ਆ ਹੁਣ ਵਿੱਚ ਆਗੂ ਆਗੂ ਦੀਆਂ ਫੋਟੋਆਂ ਵਾਇਰਲ ਕਰੀ ਜਾਂਦੇ ਵੀ ਇਹਦੀ ਆ ਲੀਡਰ ਨਾਲ ਬਣਦੀ ਹੈ ਇਹਦੇ ਨਾਲ ਬਣਦੀ ਆ ਉਹ ਵਧੀਆ ਗੱਲ ਆ ਆਪਾਂ ਨੂੰ ਸਾਰਾ ਪਤਾ ਲੱਗ ਜਾਣਾ ਕੌਣ ਸਹੀ ਆ ਕੌਣ ਗਲਤ ਆ ਆਪਾਂ ਨੂੰ ਕਿਹੜਾ ਫਿਰ ਜੇ ਕਿਸਾਨ ਆਗੂ ਕਹਿੰਦੇ ਵੀ ਭਾਈ 2 ਸਾਲਾਂ ਦੀਆਂ ਸੌਦਾ ਕਰਾ ਕੇ ਮੁੜਾਂਗੇ ਆਪਾਂ ਕਿਹੜਾ ਮੁੜਨ ਲੱਗੇ ਆ ਆਪਾਂ ਪੱਕੇ ਘਰ ਪਾਤੇ ਬਤ ਵੱਦ ਬੰਦੇ ਦਿੱਲੀ ਪਹੁੰਚੋ ਸਮਰਥਨ ਕਰੋ ਤੇ ਆਪਾਂ ਇਹ ਅंदोलਨ ਜਿੱਤਣਾ ਹੈ ਕੱਲੇ ਕੱਲੇ ਘਰ ਦੀ ਲੜਾਈ ਆ ਆਪਾਂ ਹੁਣ ਡਰ ਕੇ ਘਰੇ ਨਹੀਂ ਬੈਠਣਾ ਦਿੱਲੀ ਪਹੁੰਚੋ ਬਤ ਵੱਦ ਠੀਕ ਆ 26 ਤਰੀਕ ਤੋਂ ਬਾਅਦ ਜਵਾਨੀ ਥੋੜਾ ਜਿਹਾ ਮੰਨ ਲਓ ਵੀ ਘਬਰਾ ਗਈ ਸੀਗੀ ਕਾਰਨ ਇਹ ਆ ਵੀ ਕਹਿ ਰਹੀ ਸੀ ਜਵਾਨੀ ਵੀ ਕਿਸਾਨ ਆਗੂ ਸਾਡੇ ਨਾਲ ਖੜਨ ਵੀ ਕਿਸਾਨ ਆਗੂ ਤਾਂ ਕਹਿੰਦੇ ਸਾਡੇ ਨਹੀਂ ਪਰ ਨਨ ਕੇ ਜਵਾਨੀ ਨੂੰ ਬੇਚ ਤੇ ਵੀ ਦੁਬਾਰੇ ਫੇਰ ਦਿੱਲੀ ਨੂੰ ਚਲਦੇ ਆਪਾਂ ਸਾਰੇ ਕੰਮ ਖਿੱਚੋ ਤੇ ਦਿੱਲੀ ਪਹੁੰਚੋ ਵੱਧ ਤੋਂ ਵੱਧ ਵੱਡਾ ਕੱਠ ਦਿਖਾਓ ਆਪਾਂ ਜਿੱਤ ਕੇ ਮੋੜਨਾ ਹੈ ਕਾਰਨ ਕਿ ਕਿਉਂਕਿ ਕੱਲੇ-ਕੱਲੇ ਘਰ ਦੀ ਲੜਾਈ ਆ ਯਾਰ ਜ਼ਮੀਨ ਆਪਣੀ ਕੱਲੇ-ਕੱਲੇ ਦੀ ਜਾ ਰਹੀ ਆ ਜੇ ਆਪਾਂ ਨੂੰ ਆਗੂਆਂ ਦੇ ਜਾਂ ਕਿਸੇ ਦੇ ਯਕੀਨ ਨਹੀਂ ਹੈਗਾ ਤੇ ਆਪਾਂ ਨੂੰ ਪਤਾ ਲੱਗੀਆਂ ਤਾਂ ਵਧੀਆ ਹਣੋਦੋਲਨ ਦਾ ਨਜ਼ਾਰਾ ਉਹ ਵੀ ਆ ਗਲਤ ਤਾਂ ਬੰਦਾ ਸਹੀ ਆ ਆਪਾਂ ਉਥੇ ਖਿੱਚ ਕੇ ਰੱਖੋ ਕੰਮ ਜਿੱਤ ਕੇ ਆਵਾਂਗੇ ਹਾਂ ਹਾਂ ਤੇ ਗੱਲ ਬਸ ਇਹੀ ਆ ਦੀ ਲੋੜ ਨਹੀਂ ਖਿੱਚੋ ਕੰਮ ਨੌਜਵਾਨੀ ਵੱਤ-ਵੱਤ ਦਵਾਰੇ ਫੇਰ ਪਹੁੰਚੋ ਨੌਜਵਾਨੀ ਇੱਥੇ ਵੀ ਰੋਡ ਮਾਰਚ ਕਰ ਰਹੀ ਆ ਮੈਨੂੰ ਲੱਗਦਾ ਵੀ ਇਹ ਵੀ ਰੋਡ ਮਾਰਚ ਕਰੀ ਜਾਓ ਪਰ ਇੱਥੇ ਆਪਾਂ ਇਹਦੇ ਨਾਲੋਂ ਆਪਾਂ ਦਿੱਲੀ ਪਹੁੰਚ ਗਏ ਦਿੱਲੀ ਵੱਤ-ਵੱਤ ਚੱਲੀਏ ਹਾਂ ਹਾਂ ਭਾਈ ਕੀ ਹਾਲ ਆ 26 ਨੂੰ ਦਿੱਲੀ ਤਾਂ ਕੀ ਗਲਤ ਹੋਇਆ ਆਪਾਂ ਤਾਂ ਕਦੇ ਕਿਹਾ ਭਾਈ ਦਿੱਲੀ ਗਲਤ ਹੋਇਆ ਕੁਛ ਤੇ ਗੱਲ ਇਹੀ ਆ ਭਾਈ ਆਪਾਂ ਮੈਂ ਯਾਰ ਕੁਝ ਨਹੀਂ ਕਹਿਣਾ ਚਾਹੁੰਦਾ ਮੈਂ ਕਿਸੇ ਘਟਨਾ ਬਾਰੇ ਕੋਈ ਨਹੀਂ ਬੋਲਣਾ ਚਾਹੁੰਦਾ ਮੈਂ ਤਾਂ ਕਹਿਣਾ ਇੱਕ ਆ ਰੱਖੋ ਕਿਸਾਨ ਆਗੂ ਨੌਜਮਾਨੀ ਸਭ ਇੱਕ ਆ ਰੱਖੋ ਕਿਸਾਨ ਆਗੂ ਨੂੰ ਇਹ ਨਹੀਂ ਕਹਿਣਾ ਚਾਹੀਦਾ ਵੀ ਇਹ ਸਾਡੇ ਨਹੀਂ ਜਦੋਂ ਪਰਚਾ ਪੈ ਜਾਂਦਾ ਨੌਜਮਾਨੀ ਆਗੂ ਦਾ ਸਾਥ ਦੇਣ ਬਾਈ ਬਸ ਆਹੀ ਗੱਲ ਆ ਕੱਠੇ ਰੋ ਜਿੱਤ ਕੇ ਆਵਾਂਗੇ ਠੀਕ ਆ بس ایک ਘਰ ਰੱਖੋ ਮੈਂ ਤਾਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਦੀਪ ਵੀ ਚੰਗਾ ਬਾਈ ਲੱਖਾ ਵੀ ਚੰਗਾ ਕਿਸਾਨ ਆਗੂ ਵੀ ਚੰਗੇ ਸਭ ਚੰਗੇ ਆ ਯਾਰ ਇੱਕ ਘਰ ਰੱਖੋ ਹੁਣ ਆਪਾਂ ਇਹ ਅंदोलਨ ਜਿੱਤਣੀ ਜਿੱਤਣਾ ਜੇ ਹਰਗੇ ਪੰਜਾਬ ਦੀ ਹੋਣ ਦੀ ਲੜਾਈ ਆ ਬਹੁਤ ਪੜੀ ਕਰਨੀ ਆ سینٹر ਨੇ ਜੇ ਹਰਗੇ ਆਏ ਵਾਰ ਤੱਕਾ ਕਰਨਾ ਆਪਣੇ ਨਾਲ ਗੱਲਬਾਤ ਇਹੀ ਆ ਹਾਂ ਬਾਈ ਕਹਿੰਦਾ ਲੱਖੇ ਵੀਰ ਨੂੰ ਨਾਲ ਲੈ ਕੇ ਚੱਲਦੇ ਆ 50000 ਨੌਜਵਾਨ ਨਾਲ ਚੱਲੇ ਹਾਂ ਗੱਲ ਬਾਈ ਸਹੀ ਆ ਗੱਲ ਸਹੀ ਆ ਅ ਬਾਈ ਪਿੱਸੇ ਪੁਸੇ ਕੋਈ ਨਹੀਂ ਹਟਦਾ ਬਾਤ ਤੋਂ ਬਾਤ ਜਵਾਨੀ ਫੇਰ ਉੱਥੇ ਪਹੁੰਚੋ ਇੱਕਠੇ ਰਹੋ ਏਕਾ ਰੱਖੋ ਜੇ ਜ਼ਮੀਨ ਗਈ ਤਾਂ ਪੱਲੇ ਕੱਖ ਨਹੀਂ ਰਹਿਣਾ ਜੇ ਕਿਸਾਨ ਆਗੂ ਦੇ ਤੁਹਾਨੂੰ ਲੱਗਦਾ ਵੀ ਸਾਨੂੰ ਵਿਸ਼ਵਾਸ ਨਹੀਂ ਵਧੀਆ ਗੱਲ ਆ ਹੁਣ ਤਾਂ ਫਿਰ ਉਹਨਾਂ ਨਾਲ ਦਾ ਨਜ਼ਾਰਾ ਆ ਰਿਹਾ ਕੱਲਾ ਕੱਲਾ ਬੰਦਾ ਨੰਗਾ ਹੋ ਰਿਹਾ ਕਿਧੀਆਂ ਕਿਧੇ ਨਾਲ ਫੋਟੋਆਂ ਵਧੀਆ ਗੱਲ ਆ ਬਾਕੀ ਭਰਾਵਾ ਫਿਰ ਕਹਿਣਾ ਕਿ ਆਗੂ ਦਾ ਯਕੀਨ ਕਰਕੇ ਦੋਨਾਂ ਲੜਨੀ ਬੂ ਫਿਰ ਕਿਸਾਨ ਆਗੂ ਜੇ ਕਹਿੰਦੇ ਵੀ ਸੌਦਾ ਕਰਾ ਕੇ ਚਲੀਏ ਫਿਰ ਕਿਹੜਾ ਪਾਸੇ ਮੁੜਿਆਂਗੇ ਫਿਰ ਵੀ ਆਪਣੇ ਉੱਤੇ ਪੱਕੇ ੱਡੇ ਲੱਗੇ ਵੇ ਮੈਂ ਤਾਂ ਇਹ ਕਹਿਣਾ ਵੀ ਸਾਰੀ ਸਹੀ ਆ ਯਾਰਾ ਕਿਸਾਨ ਆਗੂ ਵੀ ਸਹੀ ਆ ਸਾਰੀ ਸਹੀ ਆ ਜਵਾਨੀ ਵੀ ਸਹੀ ਆ ਲੱਖਾ ਬਾਈ ਵੀ ਸਹੀ ਆ ਦੀਪ ਵੀ ਸਹੀ ਆ ਸਾਰੇ ਸਹੀ ਆ ਬ ਇਕੱਠੇ ਹੋ ਕੇ ਉਦੋਂ ਲੈਣਾ ਆਪਾਂ ਖਿੱਚ ਕੇ ਲੜੋ ਜਿੱਤ ਕੇ ਮੁੜਾਂਗੇ ਜੋੜ ਕੇ ਬੇਨਤੀ ਆ ਵੀ ਬੱਦ ਤੋਂ ਬੱਦ ਦਿੱਲੀ ਪਹੁੰਚੋ ਤਾਂ ਕਿ ਉਥੇ ਕੱਠ ਨਾ ਘਟੇ ਜੇ ਕੱਠ ਘਟ ਗਿਆ ਫਿਰ ਸਾਰੀ ਜੇਲ੍ਹਾਂ ਚ ਸਣੇ ਕਿਸਾਨ ਆਗੂ ਸਣੇ ਅੰਦੋਲਨਕਾਰੀ ਫਿਰ ਕੱਲੇ ਕੱਲੇ ਬੰਦੇ ਨੂੰ ਜੇਲਾਂ ਸਿੱਟਣਗੇ ਕਿਉਂਕਿ ਹੁਣ ਮੇਰੀਆਂ ਨਾ ਕਾਨੂੰਨ ਰੋਜ਼ ਨਵੇਂ ਤੋਂ ਨਵੇਂ ਬਣਾਈ ਜਾਂਦਾ ਮੋਦੀ ਜੇ ਆਪਾਂ ਹਰਗੇ ਤਾਂ ਆਪਣੇ ਨਾਲ ਬਹੁਤ ਪੜੀ ਹੋਣੀਆਂ ਆਪਾਂ ਨੂੰ 4 ਲੱਖ ਗੱਟਾ ਦੇਣਾ ਸੀ ਉਹਨੇ 4 ਲੱਖ ਬੋਰੀਆਂ ਦੇਣੀਆਂ ਸੀ ਬਾਰਦਾਨਾ ਦੇਣੀਆਂ ਸੀ ਉਹ 2 ਲੱਖ ਤੇ ਆ ਗਈ ਅੱਜ ਹਾਂ ਦਿੱਲੀ ਅੱਜ ਚਾਰੇ ਪਾਸੇ ਘਰੀਏ ਨੇ ਕੇਐਮਪੀ ਘਰੀਏ ਨੇ ਸਮਰਥਨ ਕਰੋ 4 ਲੱਖ ਕਣਕ ਵਾਸਤੇ ਆਪਾਂ ਨੂੰ ਬੋਰੀਆਂ ਦੇਣੀਆਂ ਸੀ ਉਹ 2 ਲੱਖ ਹੀ ਦੇਣਗੇ ਹੁਣ ਇੱਕ ਕਾਨੂੰਨ ਹੋਰ ਲਿਆਏ ਜਿਹੜਾ 12 ਘੰਟੇ ਵਾਲਾ 1 ਅਪ੍ਰੈਲ ਤੋਂ ਸ਼ੁਰੂ ਆ 12 ਘੰਟੇ ਡਿਊਟੀ ਲਿਆ ਕਰਨਗੇ ਉਹੀ 7500 ਸੰਖਾ ਰੋਜ਼ ਨਵੇਂ ਕਾਨੂੰਨ ਲਈ ਜਾਂਦਾ ਬਹੁਤ ਭੜੀ ਹੋਣੀ ਆਪਣੇ ਨਾਲ ਇਸ ਲਈ ਹੱਥ ਬੰਨ ਕੇ ਬੇਨਤੀ ਆ ਵੀ ਵੱਧ ਤੋਂ ਵੱਧ ਪਹੁੰਚੋ ਯਾਰ ਕੋਦੋਲਣ ਦਾ ਸਾਥ ਦਿਓ ਇਕੱਠੇ ਹੋ ਕੇ ਚੱਲੋ ਜਵਾਨੀ ਸਾਰੀ ਚੱਲੋ ਬਜ਼ੁਰਗਾਂ ਸਾਥ ਦਿਓ ਬਜ਼ੁਰਗ ਵੀ ਜਵਾਨੀ ਨੂੰ ਗਲਤ ਨਾ ਬੋਲਣ ਜਵਾਨੀ ਵੀ ਬਜ਼ੁਰਗਾਂ ਨੂੰ ਗਲਤ ਨਾ ਬੋਲੇ ਬਸ ਗੱਲਾਂ ਬਾਤਾਂ ਆਹੀ ਆ हां 26 ਨੂੰ ਬਈ ਸਭ ਕੁਝ ਸਹੀ ਆ ਯਾਰ ਉਹ ਘਟਨਾ ਦੀ 26 ਦੀ ਕੋਈ ਜਗਰ ਨਾ ਕਰੋ ਸਾਰਾ ਕੁਝ ਸਹੀ ਆ 26 ਨੂੰ ਕੁਝ ਨਹੀਂ ਗਲਤ ਹੋਇਆ ਸਾਰਾ ਕੰਮ ਸਹੀ ਆ ਕੁਝ ਵੀ ਨਹੀਂ ਸਾਰੇ ਆਪਣੇ ਬਜ਼ੁਰਗ ਆਪਣੇ ਆ ਬਜ਼ੁਰਗ ਆਪਣੀ ਜਵਾਨੀ ਨੂੰ ਕਹਦਨ ਵੀ ਉਹ ਸਾਡੇ ਪੁੱਤ ਆ ਇਹ ਕਿੱਡੀ ਗੱਲ ਆ ਘਰੇ ਵੀ ਬਜ਼ੁਰਗਾਂ ਦਾ ਮੁੰਡਾ ਲੜੀ ਪੈਂਦਾ ਨਾ ਐਡੀ ਚੱਕਰੀ ਹੈ ਨਹੀਂ ਯਾਰ ਸਾਰਾ ਕੰਮ ਸੈਟ ਆ ਯਾਰ ਕੋਈ ਚੱਕਰ ਨਹੀਂ ਕੋਈ 26 ਨੂੰ ਗਲਤ ਨਹੀਂ ਹੋਇਆ ਸਾਰਾ ਕੰਮ ਸਹੀ ਆ ਦੁਬਾਰੇ ਉੱਠ ਕੇ ਫੇਰ ਅंदोलਨ ਲੜੋ ਸਾਰੇ ਇਕੱਠੇ ਹੋ ਕੇ ਫੇਰ ਚੱਲੋ ਤੇ ਇਹੀ ਬੇਨਤੀ ਆ ਹੱਥ ਜੋੜ ਕੇ ਬਸ ਅਧੋਲਣ ਦਾ ਸਾਥ ਦਿਓ ਮੈਂ ਬਾਰ ਬਾਰ ਇਹੀ ਕੀ ਜਾਨਾ ਹਾਂ 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 ਹੁਣ ਤਾਂ ਥੋੜੇ ਦਿਨਾਂ ਦੀ ਕੰਮ ਆ ਯਾਰ ਹੁਣ ਤਾਂ ਜਿੱਤ ਕੇ ਨਿਕਲਾਂਗੇ ਜੇ ਨਾ ਅਧੋਲਣ ਚ ਇਕੱਠ ਬਧਾਏ ਤਾਂ ਕਿਸਾਨ ਆਗੂ ਨੂੰ ਵੀ ਚੱਕਣੇ ਸਾਰੇ ਅਧੋਲਣਕਾਰੀਆਂ ਨੂੰ ਚੱਕਣੇ ਸਾਬ ਦੇ ਪਰਚੇ ਕਰਨਗੇ ਸਭ ਨੂੰ ਜੇਲਾ ਚ ਤੁਨਣਗੇ ਆਉਣ ਵਾਲੇ ਟਾਈਮ ਚ ਸੈਂਟਰ ਪੰਜਾਬ ਤੇ ਚੜ ਚੜਾਉ ਬਹੁਤ ਪੜੀ ਕਰਨੀਆਂ ਪੰਜਾਬ ਨਾਲ ਗੱਟਾ ਦੇਣਾ ਸੀਗਾ ਬੋਰੀਆਂ ਦੇਣੀਆਂ ਸੀ 4 ਲੱਖ ਬਾਰ ਦਾ ਨਾ 2 ਲੱਖ ਹੀ ਦਿੱਤਾਗਾ ਨਵਾਂ ਕਾਨੂੰਨ ਲਿਆ ਰਿਹਾ 1 ਅਪ੍ਰੈਲ ਨੂੰ 12 ਘੰਟੇ ਕੰਮ ਵਾਲਾ ਤੇ ਸਾਨੂੰ ਪਤਾ ਹੈ ਬਵਾਰੀਆਂ ਦਾ ਬੁਰੀ ਹਾਲਤ ਕਰਤੀ ਤੇਲ ਕਿੰਨਾ ਮਹਿੰਗਾ ਹੋ ਗਿਆ 100 ਰੁਪਏ ਪੈਟਰੋਲ ਕਰਤਾ 100 ਰੁਪਏ ਡੀਲ ਕਰਤਾ ਟਰਾਂਸਪੋਰਟ ਫੇਲ ਹੋ ਗਈ ਸਾਰਾ ਸਿਸਟਮ ਹੀ ਫੇਲ ਹੋਈ ਜਾਂਦਾ ਯਾਰ ਦੇਸ਼ ਨੂੰ ਲੁੱਟ ਕੇ ਖਾ ਗਿਆ ਮੋਦੀ ਸਾਹਿਬ ਮੋਦੀ ਨੇ ਸਾਰਾ ਦੇਸ਼ ਵੇਚਤਾ ਰੇਲਵੇ ਵੇਚਤੇ 에ਰਪੋਰਟ ਵੇਚ ਕੁਝ ਨਹੀਂ ਛੱਡਿਆ ਸਾਰਾ ਕੁਝ ਨਿੱਜੀਕਰਨ ਕਰ ਰਿਆ ਸਾਰਾ ਕੁਝ ਪ੍ਰਾਈਵੇਟ ਕਰ ਰਿਆ ਬਹੁਤ ਭੈੜੀ ਹੋਣੀ ਆ ਸਰਕਾਰੀ ਸਹੂਲਤਾਂ ਆਪਣੇ ਪੱਲੇ ਨਹੀਂ ਰਹਿਣੀ 750 ਕਰੋੜ ਦੀ ਬਾਦੀ ਆਪਾਂ ਨੂੰ ਦਿਹਾੜੀ ਵੀ ਨਹੀਂ ਲੈ ਕੇ ਆਣਾ ਕਿਸੇ ਨੇ ਲਾਈਨ 'ਚ ਖੜਿਆ ਹੋਇਆ ਕਰਨਗੇ ਜਿਵੇਂ ਮੰਨ ਲਓ ਵੀ ਜਦੋਂ ਲੈਂਡ 'ਚ ਮੰਨ ਲਓ ਕੰਮ ਮਿਲਣਾ 50 ਜਾਨਾਂ ਨੂੰ ਲੈਂਡ 'ਚ ਕੱਢ ਕੇ 500 ਆਪਾਂ ਨੂੰ 50 ਰੁਪਏ ਵੀ ਨਹੀਂ ਕਹਿੰਦੇ ਦਿੜੀ ਦਿਣੀ ਹੱਥ ਮੰਨ ਕੇ ਬੇਨਤੀ ਆ ਅंदोलਨ ਦੀ ਸਪੋਰਟ ਕਰੋ ਖਿੱਚ ਕੇ ਰੱਖੋ ਦਿੱਲੀ ਵੱਡੇ ਇਕੱਠ ਕਰੋ ਨੌਜਵਾਨੀ ਸਾਰੇ ਇਕੱਠੇ ਰਹੋ ਹਨਾ ਹਾਂ ਗਦਾਰੀ ਗਦੂਰੀ ਦੇ ਜਿਹੜੇ ਸਰਟੀਫਿਕੇਟ ਦਿੰਦੇ ਆ ਉਹ ਹੁੰਦੇ ਆ ਯਾਰ ਵਿੱਚ ਇੱਕ ਦੋ ਬੰਦੇ ਧੂਲਣ ਖਰਾਬ ਕਰਨ ਵਾਲੇ ਜਿਹੜੇ ਗਦਾਰੀ ਦੇ ਸਰਟੀਫਿਕੇਟ ਦਿੰਦੇ ਆ ਬਹੁਤ ਮਾੜੀ ਗੱਲ ਆ ਉਹਨਾਂ ਨੂੰ ਮੈਂ ਸਿੱਧਾ ਕਹਿਣਾ ਸਭ ਇਕੱਠੇ ਰੋ ਯਾਰ ਬਸ ਹੱਥ ਜੋੜ ਕੇ ਬੇਨਤੀ ਆ ਆਪਾਂ ਧੂਲਣ ਜਿਤਨਾ ਸਾਰਾ ਕੁਝ ਠੀਕ ਆ ਸਾਰੀ ਨੌਜਵਾਨੀ ਵੀ ਠੀਕ ਆ ਬਜ਼ੁਰਗ ਵੀ ਠੀਕ ਆ ਇੱਕ ਦੂਜੇ ਨੂੰ ਬੁਰਾ ਭਲਾ ਜੋ ਹੋਇਆ ਸਭੀ ਤੋਂ ਸਾਰਾ ਕੁਝ ਨਿਮੇੜੋ ਇਕੱਠੇ ਹੋਏ ਘਰ ਕੋ ਬਸ ਆਹੀ ਗੱਲਾਂ ਮਾਤਾ ਮੇਰੀਆਂ ਦਾ ਧੰਨਵਾਦ ਜੀ ਖਿੱਚ ਕੇ ਸ਼ੇਅਰ ਕਰਨੀਆਂ ਕਰ ਦਿਓ ਨਹੀਂ ਡਿਲੀਟ ਕਰ ਦਿਓ ਸੋ ਦੋਸਤੋ ਇਸ ਦੇ ਨਾਲ ਹੀ ਹੁਣ ਤੁਹਾਡੇ ਤੋਂ ਲੈਣਿਆ ਇਜਾਜ਼ਤ ਮਿਲਾਂਗੇ ਜਲਦ ਹੋਰ ਤਾਜ਼ਾ ਅਪਡੇਟਸ ਦੇ ਨਾਲ ਉਹਨੇ ਸਮੇਂ ਤੱਕ ਲਈ ਤੁਸੀਂ ਬਣੇ ਰਹੋ ਲਿਮਟਿਡ ਗੈਂ ਦੇ ਨਾਲ ਪੰਜਾਬੀ ਮਿਊਜ਼ਿਕ ਤੇ ਫਿਲਮ ਇੰਡਸਟਰੀ ਦੇ ਲੇਟੈਸਟ ਅਪਡੇਟਸ ਕਿਸਾਨੀ ਸੰਘਰਸ਼ ਨਾਲ ਜੁੜੀ ਹੋਈ ਹਰ ਇੱਕ ਤਾਜ਼ਾ ਖਬਰ ਤੇ ਹੋਰ ਸੋਸ਼ਲ ਨਿਊਜ਼ ਸਭ ਤੋਂ ਪਹਿਲਾਂ ਦੇਖਦੇ ਰਹਿਣ ਲਈ ਹੁਣੇ ਸਬਸਕ੍ਰਾਈਬ ਕਰੋ ਤੁਹਾਡੇ ਹੀ ਆਪਣੇ ਚੈਨਲ ਸਲਿਮਟਿਡ ਗੈਂ ਤੇ ਸਵੈਕ ਪੰਜਾਬ ਟੀਵੀ ਅਤੇ ਨਾਲ ਵਾਲੀ ਨੋਟੀਫਿਕੇਸ਼ਨ ਬੈਲ ਜਰੂਰ ਆਨ ਕਰ ਲੈਣਾ ਤਾਂ ਕਿ ਸਾਡੀ ਹਰ ਇੱਕ ਨਵੀਂ ਵੀਡੀਓ ਤੁਹਾਡੇ ਤੱਕ ਪਹੁੰ ਕੇ ਜਲਦ ਥੈਂਕ ਯੂ ਧੰਨਵਾਦ ਟੇਕ ਕੇਅਰ